ਬਹੁਤ ਇਸ ਮੌਸਮ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਰਿਹਾ ਜੀ। ਸਾਰਾ ਪਾਣੀ ਜਿਹੜਾ ਹੈ ਇੱਥੇ ਦਾ ਮੰਡੀ ਦੇ ਵਿੱਚ ਸੜਕਾਂ ਦੇ ਬਹੁਤ ਪਾਣੀ ਖੜ੍ਹ ਜਾਂਦਾ ਹੈ। ਘੱਟ ਗਏ ਇਨਸਾਨਾਂ ਲਈ ਵੀ, ਬਾਕੀ ਮਜ਼ਦੂਰਾਂ ਲਈ ਵੀ ਜਿਹੜੇ ਕੰਮ ਕਰਦੇ ਨੇ ਉਹਨਾਂ ਲਈ, ਬਾਕੀ ਫਸਲਾਂ ਦਾ ਨੁਕਸਾਨ ਬਹੁਤ ਹੋ ਰਿਹਾ। ਸਾਨੂੰ ਕਿਸੇ ਨੇ ਮਾਲ ਨਹੀਂ ਚੁੱਕਣਾ, ਜਿੰਨਾ ਹੀ ਸੰਭਾਲ ਕਰਾਂਗੇ ਜੀ। ਲੇਬਰ ਦਾ ਵੀ ਨੁਕਸਾਨ ਹੈ ਜੀ, ਲੇਬਰ ਮੰਡੀਆਂ 'ਚ ਹੈ ਹੀ ਨਹੀਂ। ਲੇਬਰ ਤਾਂ ਇਸ ਵਾਲੀ ਬੰਦਾ ਦੇਖਣ ਨੂੰ ਨਹੀਂ ਮਿਲ ਰਿਹਾ, ਲੇਬਰ ਸਾਡੀ ਸ਼ੈਲਾਂ 'ਚ ਐਡਜਸਟ ਹੋਈ ਵੀ ਆ, ਮੰਡੀ 'ਚ ਲੇਬਰ ਹੈ ਹੀ ਨਹੀਂ ਕੋਈ। ਇਹ ਸਰਕਾਰਾਂ ਨੇ ਘਾਟਾ ਨਹੀਂ, ਮਤਲਬ ਸਹੀ ਟਾਈਮ 'ਤੇ ਲਿਫਟਿੰਗ ਹੋ ਗਈ ਜਾਵੇ, ਸਾਡਾ ਥੱਲੇ ਟਰਾਲੀਆਂ ਲੱਗਣ। ਹੁਣ ਲੋਕਾਂ ਦੀਆਂ ਟਰਾਲੀਆਂ ਦੇਖੋ ਬਾਹਰ ਖੜੀਆਂ ਨੇ, ਕਿਸੇ ਨੇ ਤਰਪਾਲ ਪਾ ਲਈ, ਕਿਸੇ ਕੋਲ ਨਹੀਂ ਹੈਗੀ। ਬਾਰਿਸ਼ ਤਾਂ ਭੇਜ ਰਹੀ ਹੈ ਜੀ, ਇਹਦਾ ਕੋਈ ਬਾਲੀ ਬਾਰਿਸ਼ ਤਾਂ ਹੈ ਨਹੀਂ ਮੇਰੇ ਹਿਸਾਬ ਨਾਲ। ਪ੍ਰਬੰਧ ਕਿਸ ਤਰ੍ਹਾਂ ਨੇ, ਕੋਈ ਲੱਖਾਂ ਬੋਰੀ ਪਈਆ ਖੁੱਲ੍ਹੇ ਆਸਮਾਨ ਦੇ ਨੀਚੇ? ਪ੍ਰਬੰਧ ਤਾਂ ਹੁਣ ਦੇਖ ਲਓ ਜੀ, ਪਤਾ ਲੱਗ ਰਿਹਾ ਆਪ ਨੂੰ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ। ਪੰਜਾਬ ਦੇ ਵਿੱਚ ਵਾਢੀ ਦਾ ਸੀਜ਼ਨ ਸ਼ੁਰੂ ਹੈ ਅਤੇ ਦੂਸਰੇ ਪਾਸੇ ਕੁਦਰਤ ਦਾ ਕਹਿਰ ਵੀ ਜਾਰੀ ਹੈ। ਪੰਜਾਬ ਦੇ ਵਿੱਚ ਲਗਾਤਾਰ ਬਦਲਦੇ ਮੌਸਮ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਗੱਲ ਕਰੀਏ ਤਾਂ ਮੰਡੀਆਂ ਦੇ ਵਿੱਚ ਵੀ ਕਿਸਾਨਾਂ ਦੀ ਫਸਲ ਲਗਾਤਾਰ ਮੀਂਹ ਦੇ ਕਾਰਨ ਖਰਾਬ ਹੋ ਰਹੀ ਹੈ। ਅਜਿਹੀ ਇੱਕ ਖਬਰ ਹੁਣ ਨਾਭਾ ਤੋਂ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਨਾਭਾ ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਮੰਡੀਆਂ ਦੇ ਵਿੱਚ ਸ਼ਾਮਿਲ ਹੈ। ਨਾਭਾ ਦੇ ਵਿੱਚ ਬੀਤੇ ਦਿਨੀ ਪਏ ਮੀਂਹ ਦੇ ਕਾਰਨ ਕਿਸਾਨਾਂ ਦੀ ਕਈ ਕੁਇੰਟਲ ਕਣਕ ਜਿਹੜੀ ਆ ਉਹ ਰੜ ਗਈ ਹੈ, ਜਿਸ ਤੋਂ ਬਾਅਦ ਕਿਸਾਨ ਅਤੇ ਆੜ੍ਹਤੀ ਇਹ ਲਗਾਤਾਰ ਪਰੇਸ਼ਾਨ ਦਿਖਾਈ ਦਿੱਤੇ। ਆੜ੍ਹਤੀਆਂ ਦੇ ਵੱਲੋਂ ਵੀ ਕਿਹਾ ਗਿਆ ਕਿ ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆਂ ਦਾ ਵੀ ਨੁਕਸਾਨ ਹੋਏਗਾ, ਜਿਸ ਕਰਕੇ ਮੀਂਹ ਦੇ ਵਿੱਚ ਗਿੱਲੀ ਹੋਈ ਫਸਲ ਆੜ੍ਹਤੀਆਂ ਦੇ ਖਾਤੇ ਦੇ ਵਿੱਚ ਪੈ ਜਾਵੇਗੀ ਅਤੇ ਆੜ੍ਹਤੀਆਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ। ਅਤੇ ਉੱਥੇ ਹੀ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਸਰਕਾਰ ਦੇ ਪ੍ਰਬੰਧਾਂ ਤੋਂ ਨਾ ਖੁਸ਼ ਦਿਖਾਈ ਦਿੱਤੇ ਨੇ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਿਸਾਨ ਅਤੇ ਆੜ੍ਹਤੀਆਂ ਦਾ ਕੀ ਕੁਛ ਕਹਿਣਾ, ਆਓ ਸੁਣਦੇ ਹਾਂ। ਬਹੁਤ ਇਸ ਮੌਸਮ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਰਿਹਾ ਜੀ। ਸਾਰਾ ਪਾਣੀ ਜਿਹੜਾ ਹੈ ਇੱਥੇ ਦਾ ਮੰਡੀ ਦੇ ਵਿੱਚ ਸੜਕਾਂ ਦੇ ਬਹੁਤ ਪਾਣੀ ਖੜ੍ਹ ਜਾਂਦਾ, ਜਿਹਨੂੰ ਸਾਂਭ ਸੰਭਾਲ ਨਾ ਕੀਤੀ ਵੀ ਸਾਰਾ ਮਾਲ ਖਰਾਬ ਹੋ ਜੂਗਾ। ਹੁਣ ਤੁਸੀਂ ਪਲਟੀਆਂ ਲਾ ਰਹੇ ਹੋ? ਪਲਟੀ ਲਾ ਰਹੇ ਹਾਂ ਜੀ, ਇਹਦੀ ਟਾਂਗਾ ਮਰਵਾ ਰਹੇ ਹਾਂ। ਕੱਲ੍ਹ ਨੂੰ ਕਿਸੇ ਨੇ ਮਾਲ ਨਹੀਂ ਚੁੱਕਣਾ, ਜਿੰਨਾ ਹੀ ਸੰਭਾਲ ਕਰਾਂਗੇ ਜੀ। ਹੁਣ ਤਾਂ ਤੁਹਾਡੀ ਪੱਲੇ ਪੈ ਰਹੇ? ਸਾਡੀ ਜ਼ਿੰਮੇਵਾਰੀ ਹੈ ਜੀ, ਸਾਡੀ ਅਸੀਂ ਜ਼ਿੰਮੇਵਾਰੀ ਨਾਲ ਕਰਾ ਰਹੇ ਹਾਂ ਕੰਮ। ਜਿਹੜੀ ਜ਼ਿਆਦਾ ਭਿੱਜ ਗਈ ਉਹਦਾ ਕੀ ਹੋਊਗਾ ਜੀ ਹੱਲ? ਉਹਦਾ ਫਿਰ ਹੁਣ ਦੇਖਾਂਗੇ ਜੀ, ਦੜੇ ਦੁੜੇ ਕਰਾ ਕੇ ਦੁਬਾਰਾ ਭਰਤੀ ਕਰਨੀ ਪਊਗੀ। ਭਰਤੀ ਤਾਂ ਕਰੋਗੇ ਪਰ ਕਿੱਥੇ ਕਰੋਗੇ? ਸਪੇਸ ਤਾਂ ਕੋਈ ਹੈ? ਸਪੇਸ ਹੁਣ ਜਦੋਂ ਬਣੂਗੀ ਉਦੋਂ ਹੀ ਹੋਊਗਾ ਜੀ। ਹੁਣ ਮੰਡੀ ਤਾਂ ਸਾਰੀ ਫੁੱਲ ਹੋਈ ਪਈ ਆ। ਕੀ ਲੱਗਦਾ ਇੱਕਦਮ ਕਿਵੇਂ ਆ ਗਈ ਫਸਲ? ਫਸਲ ਇੱਕਦਮ ਇਹ ਸਾਰੀ 10 ਦਿਨਾਂ ਦੇ ਵਿੱਚ ਹੀ ਸਾਰਾ ਕੰਮ ਖਤਮ ਹੋ ਗਿਆ ਜੀ। ਬਹੁਤ ਜਲਦੀ ਆ ਗਈ, ਇੱਕਦਮ ਰਸ਼ ਪੈ ਗਿਆ ਇਹਦਾ। ਇਹਨਾਂ ਲੇਬਰ ਦਾ ਵੀ ਨੁਕਸਾਨ ਹੋ? ਲੇਬਰ ਦਾ ਵੀ ਨੁਕਸਾਨ ਹੈ ਜੀ, ਲੇਬਰ ਮੰਡੀਆਂ 'ਚ ਹੈ ਹੀ ਨਹੀਂ। ਲੇਬਰ ਤਾਂ ਇਸ ਵਾਲੀ ਬੰਦਾ ਦੇਖਣ ਨੂੰ ਨਹੀਂ ਮਿਲ ਰਿਹਾ, ਲੇਬਰ ਸਾਡੀ ਸ਼ੈਲਾਂ 'ਚ ਐਡਜਸਟ ਹੋਈ ਵੀ ਆ, ਮੰਡੀ 'ਚ ਲੇਬਰ ਹੈ ਹੀ ਨਹੀਂ ਕੋਈ। ਬਹੁਤ ਮਹਿੰਗੇ ਭਾਅ 'ਚ ਲੇਬਰ ਲਿਆ ਰਹੇ। ਆੜ੍ਹਤੀ ਦਾ ਵੀ ਕਾਫੀ ਨੁਕਸਾਨ? ਆੜ੍ਹਤੀ ਦਾ ਬਹੁਤ ਨੁਕਸਾਨ ਹੈ ਜੀ, ਜੋ ਸਰਕਾਰ ਤੋਂ ਲੇਬਰ ਮਿਲਦੀ ਆ ਉਹ ਤੋਂ ਦੁੱਗਣੇ ਰੇਟ 'ਚ ਕੰਮ ਹੋ ਰਿਹਾ। ਬਹੁਤ ਘੱਟ ਗਏ ਇਨਸਾਨਾਂ ਲਈ ਵੀ, ਬਾਕੀ ਮਜ਼ਦੂਰਾਂ ਲਈ ਵੀ ਜਿਹੜੇ ਕੰਮ ਕਰਦੇ ਨੇ ਉਹਨਾਂ ਲਈ, ਬਾਕੀ ਫਸਲ ਦਾ ਨੁਕਸਾਨ ਬਹੁਤ ਹੋ ਰਿਹਾ। ਕਿੰਨਾ ਕੁ ਨੁਕਸਾਨ ਹੋ ਰਿਹਾ ਫਸਲ ਦਾ? ਤਕਰੀਬਨ 50% ਵਾਂਗ ਹੋ ਰਿਹਾ ਜੀ। ਇਹਨੂੰ ਹੁਣ ਖੁੱਲ੍ਹੇ ਆਸਮਾਨ 'ਤੇ ਕਿੰਨਾ ਕੁ ਘੱਟਾ ਪਿਆ ਗਾ? ਇਹ ਸਰਕਾਰਾਂ ਨੇ ਘਾਟਾ ਨਹੀਂ, ਮਤਲਬ ਸਹੀ ਟਾਈਮ 'ਤੇ ਲਿਫਟਿੰਗ ਹੋ ਗਈ ਜਾਵੇ, ਸਾਡਾ ਥੱਲੇ ਟਰਾਲੀਆਂ ਲੱਗਣ। ਹੁਣ ਲੋਕਾਂ ਦੀਆਂ ਟਰਾਲੀਆਂ ਦੇਖੋ ਬਾਹਰ ਖੜੀਆਂ ਨੇ, ਕਿਸੇ ਨੇ ਤਰਪਾਲ ਪਾ ਲਈ, ਕਿਸੇ ਕੋਲ ਨਹੀਂ ਹੈਗੀ, ਸਾਰੀ ਖਰਾਬ ਹੋ ਰਹੀ ਹੈ। ਲੱਖਾਂ ਦੀ ਤਾਦਾਦ ਵਿੱਚ ਪਏ ਨੇ ਇੱਥੇ ਥੈਲੇ ਬੋਰੀਆਂ? ਲੱਖਾਂ ਦੀ ਤਾਦਾਦ 'ਚ ਪਿਆ ਜੀ ਸਾਰਾ। ਕਿਉਂ ਪ੍ਰਬੰਧ ਤਾਂ ਹੋਣੇ ਚਾਹੀਦੇ ਨੇ? ਪ੍ਰਬੰਧ ਜ਼ਰੂਰੀ ਚਾਹੀਦੇ ਨੇ ਹਾਂਜੀ, ਸਰਕਾਰ ਦੇ ਸੱਤੀ ਨੇ ਸਰ, ਪਬਲਿਕ ਦਾ ਕੰਮ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਏ। ਹੁਣ ਝੂਠੇ ਵਾਅਦੇ ਕਰੀ ਜਾਂਦੇ ਨੇ, ਅਸੀਂ ਐਂ ਕਰਦੇ ਹਾਂ, ਕੋਈ ਪ੍ਰਭਾਵ ਨਹੀਂ ਹੈਗੀ। ਖੇਤਾਂ 'ਚ ਕਿੰਨੀ ਕੁ ਫਸਲ ਹੈਗੀ ਪਈ? ਖੇਤਾਂ 'ਚ ਵੀ ਹਾਲੇ ਹੈਗੀ 25% ਖੜੀ ਜਾਂਦੇ। 25% ਹੈਗੀ? 75 ਰੁਪਏ ਲਿਆਉਂਦੀ ਤੁਸੀਂ? 75 ਰੁਪਏ ਆ ਗਈ ਮੰਡੀਆਂ 'ਚ ਆ ਗਈ। ਜਦ 75% ਲਿਆਉਂਦੀ ਆ, ਕਿੰਨੀ ਵਾਰ ਲਿਫਟਿੰਗ ਹੋਈ ਹੈ? ਬੈਲੈਂਸ ਮਤਲਬ ਲਿਫਟਿੰਗ ਕਿੰਨੀ ਕੁ ਹੋ ਗਈ? ਲਿਫਟਿੰਗ ਬਹੁਤ ਘੱਟ ਹੋ ਗਈ ਹੈ, ਮਤਲਬ 20-25% ਮਸਾਂ ਹੋ ਗਈ। ਪ੍ਰਬੰਧ ਤਾਂ ਸਵੇਰ ਦਾ 8 ਵਜੇ ਦਾ ਖੜਾ ਜਾਂ ਦੇਖੋ, ਮੂਹਰੇ ਜਾਮ ਲੱਗਿਆ ਪਿਆ, ਕਿਸੇ ਪਾਸੇ ਜਾਮ ਹੈ ਜਗ੍ਹਾ ਨਾ ਰਸਤਾ। ਫਸਲ ਤਾਂ ਭੇਜ ਰਹੀ ਹੈ ਜੀ, ਇਹ ਤਾਂ ਬਾਲੀ ਬਾਰਿਸ਼ ਤਾਂ ਹੈ ਨਹੀਂ ਮੇਰੇ ਹਿਸਾਬ ਨਾਲ। ਪ੍ਰਬੰਧ ਕਿਸ ਤਰ੍ਹਾਂ ਨੇ, ਕੋਈ ਲੱਖਾਂ ਬੋਰੀ ਪਈ ਆ ਖੁੱਲ੍ਹੇ ਆਸਮਾਨ ਦੇ ਨੀਚੇ? ਪ੍ਰਬੰਧ ਤਾਂ ਹੁਣ ਦੇਖ ਲਓ ਜੀ, ਪਤਾ ਹੀ ਲੱਗ ਰਿਹਾ ਆਪ ਨੂੰ, ਅੱਗੇ ਦੇਖ ਲਓ ਸਾਰਾ ਕੁਛ।
ਤੇ ਜ਼ਿੰਮੇਵਾਰੀ ਕਿਹਦੀ ਮੰਨਦੇ ਹੋ ਜਿਹੜੇ ਖਰਾਬ ਹੋ ਰਹੀਆਂ ਹੁਣ ਫਸਲ? ਜ਼ਿੰਮੇਵਾਰੀ ਤਾਂ ਹੁਣ ਸਰਕਾਰ ਦੀ ਬਣਦੀ ਜੀ, ਸਾਂਭਣ ਦਾ ਜਗ੍ਹਾ ਹੁਣ ਵੱਢ ਕੇ ਲਿਆਉਂਦਾ ਆਪਾਂ ਖੇਤਾਂ 'ਚ ਫਸਲ, ਆੜਤੀ ਦੇ ਆ ਗਏ, ਆੜਤੀ ਵੀ ਪੂਰੇ ਜਗ੍ਹਾ ਨਹੀਂ ਚੱਕੀ, ਸਮਾਨ ਨਹੀਂ ਚੱਕਿਆ, ਮਾਲ ਨਹੀਂ ਚੱਕਿਆ ਜਾਂਦਾ। ਉੱਥੇ ਡਰਦੇ ਮਾਰੀ ਜਿਵੇਂ ਫਸਲ ਛੇ ਛੇਤੀ ਵੱਢ ਲਿਆਉਂਦੇ ਵੀ ਚਲੋ ਇੱਥੇ ਤੁਹਾਡੀ ਸੇਫ ਆ, ਇੱਥੇ ਵੀ ਭੇਜਰੀ ਆ, ਪਰ ਖੇਤਾਂ 'ਚ ਵੀ ਭੇਜਰੀ? ਹਾਂ ਜੀ, ਚਾਰ ਸਵੇਰੇ ਮਾਰ ਹੈ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਤਾਂ ਜੀ ਸਰਕਾਰ ਨੂੰ ਚਾਹੀਦਾ ਹੈ ਕੋਈ ਇਹਦਾ ਪ੍ਰਬੰਧ ਕਰਨਾ ਚਾਹੀਦਾ, ਨਾਲ ਹੁੰਦੇ ਮਾਲ ਚੱਕਿਆ ਜਾਵੇ, ਜਿਹੜਾ ਮਾਲ ਬੋਰੀਆਂ 'ਚ ਭਰਿਆ ਪਿਆ ਦੇਖੋ ਕਿਵੇਂ ਆਇਆ, ਬਾਕੀ ਜਗ੍ਹਾ ਲਾਹੁਣ ਨੂੰ ਮਿਲੇ, ਨਾਲ ਦੀ ਨਾਲ ਹੁਣ ਸਾਂਭਿਆ ਜਾਵੇ ਮਾਲ। ਕਿਸ ਤਰ੍ਹਾਂ ਦੇ ਪ੍ਰਬੰਧ ਨੇ ਮੰਡੀ ਦੇ ਵਿੱਚ? ਮੀਂਹ ਪੈ ਰਿਹਾ ਜੀ, ਜਿਹੜਾ ਔਖਾ ਬਹੁਤ ਹੈ ਜੀ। ਤੁਸੀਂ ਕਦੋਂ ਆਏ ਸੀ ਆਪਣੀਆਂ ਢੇੜੀਆਂ ਲੈ ਕੇ? ਅੱਜ ਮੈਂ ਅੱਜ ਤੱਕ ਆਇਆ। ਕਿਸ ਤਰ੍ਹਾਂ ਦੇ ਪ੍ਰਬੰਧ ਨੇ ਮੰਡੀ 'ਚ? ਬੁਰਾ ਹਾਲ ਆ ਜੀ, ਬੁਰਾ ਹਾਲ ਆ। ਕਿੰਨੇ ਕੁ ਲੱਖ ਕੱਟਾ ਜਿਹੜਾ ਮੰਡੀ ਵਿੱਚ ਭੇਜ ਰਿਹਾ ਖੁੱਲ੍ਹੇ ਆਸਮਾਨ ਦੇ ਵਿੱਚ, ਪਰ ਬਾਰਿਸ਼ ਵੀ ਬਹੁਤ ਤੇਜ਼ ਆ। ਬਾਰਿਸ਼ ਤਾਂ ਬਹੁਤ ਆ ਜੀ। ਕੀ ਸਰ ਕੀ ਕਹਿਣਾ ਚਾਹੁੰਦੇ? ਇੱਦਾਂ ਕਹਿੰਦਾ ਹਟਣਾ ਚਾਹੀਦਾ ਮੀ, ਅਜੇ ਤਾਂ ਖੇਤਾਂ 'ਚ ਵੀ ਖੜੀ ਆ ਕਣਕ? ਹਾਂ, ਖੇਤਾਂ 'ਚ ਖੜੀ ਆ ਜੀ। ਇੱਥੇ ਮੰਡੀ 'ਚ ਇਹ ਭੇਜ ਰਹੀ ਆ ਕਣਕ? ਹਾਂ, ਬੜੇ ਇਹ ਭੇਜ ਰਹੀ ਹੈ, ਕੋਈ ਪ੍ਰਬੰਧ ਨਹੀਂ ਹੈ। ਉੱਥੇ ਵੀ ਬੁਰਾ ਹਾਲ ਆ, ਉਹਦੇ ਬੁਰਾ ਹਾਲ ਆ, ਕਿਸੇ ਪਾਸੇ ਚੱਲਦਾ ਕੰਮ, ਜ਼ਿਮੀਦਾਰ ਨੂੰ ਔਖਾ ਹੋ ਰਿਹਾ। ਕਿੰਨਾ ਕੁ ਨੁਕਸਾਨ ਆ ਇਹਦੇ ਨਾਲ, ਜਿਵੇਂ ਤੁਹਾਡੇ ਮੰਡੀ 'ਚ ਵੀ ਕਣਕ ਭੇਜ ਰਹੀ ਆ, ਖੇਤਾਂ ਦੇ ਵਿੱਚ ਵੀ ਖੜੀ ਆ ਜੀ, ਕਿੰਨਾ ਕੁ ਨੁਕਸਾਨ ਆ? ਨੁਕਸਾਨ ਤਾਂ ਹੈਗਾ ਜੀ, 800 ਦਾ ਹੈਗਾ ਹੀ ਹੈਗਾ ਰੁਪਈ ਚੋਂ, ਅੱਧਾ ਨੁਕਸਾਨ ਹੋ ਜੂਗਾ। ਹਾਂ, ਅੱਧਾ ਹੋ ਜੂਗਾ। ਜੇ ਬਾਰਿਸ਼ ਅਸੀਂ ਪੈਂਦੇ ਫਿਰ ਤਾਂ ਜ਼ਿਆਦਾ ਹੋ ਸਕਦਾ, ਫਿਰ ਤਾਂ ਹੱਟੀ ਨੂੰ ਇਹ ਵਾਧਾ ਹੋ ਜੂਗੀ। ਆਇਆ ਵੀ ਖੇਤਾਂ 'ਚ ਵੀ ਆ ਗਈ ਜੇ, ਫਿਰ ਵੀ ਉਰੇ ਵੀ ਨੁਕਸਾਨ ਹੈ, ਖੇਤਾਂ 'ਚ ਨੁਕਸਾਨ ਹੈ। ਕਿੰਨੇ ਪਰਸੈਂਟ ਖੇਤਾਂ 'ਚ ਖੜੀ ਆ ਜੇ ਫਸਲ ਜਿਹੜੀ ਕਟਾਈ ਕਰਨੀ? ਅੱਧ ਮੰਗੜੀ ਆ ਜੀ, ਅੱਧੀ ਮੰਡੀ 'ਚ ਅਤੇ ਅੱਧੀ ਖੇਤਾਂ 'ਚ। ਹਾਂ, ਅੱਧੀ ਖੇਤਾਂ 'ਚ। ਹੁਣ ਕੀ ਮੰਗ ਕਰਦੇ ਹਾਂ ਸਰਕਾਰ? ਸਰਕਾਰ ਰੁਪਏ ਕੁਛ ਸਾਨੂੰ ਮਾਜ਼ਮਤ ਆ ਹੀ ਹੈ, ਖਰਚਾ ਬਹੁਤ ਜ਼ਿਮੀਦਾਰ ਦੇ ਬੰਦੇ ਦਾ ਕੁਛ ਨਹੀਂ। ਮੰਡੀ 'ਚ ਜੀ ਹਾਲਾਤ ਮਾੜੀ ਨੇ, ਤੁਹਾਨੂੰ ਪਤਾ ਹੀ ਹੈ, ਕੋਈ ਪ੍ਰਬੰਧ ਨਹੀਂ, ਕੁਛ ਨਹੀਂ, ਬਸ। ਤੁਹਾਨੂੰ ਲੇਬਰ ਵਾਲਿਆਂ ਨੂੰ ਕਿੰਨੀ ਕੁ ਮੁਸ਼ਕਿਲ ਆ ਰਹੀ, ਕਿਉਂਕਿ ਹੁਣ ਤਾਂ ਫਿਰ ਲੇਬਰ ਬਹੁਤ ਜ਼ਿਆਦਾ ਆ ਜੀ, ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਇਹ 'ਚ, ਸਹੀ ਤਰੀਕੇ ਨਾਲ ਕੰਮ ਹੀ ਨਹੀਂ ਕੋਈ, ਨਾ ਸਹੀ ਤਰੀਕੇ ਨਾਲ ਕੋਈ ਮਜ਼ਦੂਰੀ ਆ। ਜਿਵੇਂ ਲੱਖਾਂ ਬੋਰੀਆਂ ਪਈਆਂ ਨੇ ਖੁੱਲ੍ਹਵਾਂ, ਲਿਫਟਿੰਗ ਹੋ ਨਹੀਂ ਰਹੀ ਨਾ, ਜਿਹੜੀ ਹੁਣ ਭਿੱਜ ਗਈ ਆ ਇਹਦਾ ਹੁਣ ਫਿਰ ਕੀ ਕਰੋਗੇ? ਇਹਦੇ ਪੰਜੇ ਪੁੰਜੇ ਮਾਰੇ ਜਾਣਗੇ ਜੀ ਬਸ, ਪਲਟੀਆਂ ਵੀ ਕਿੱਥੇ? ਬਾਕੀ ਪਾਰਟੀ ਪੁਲਟੀ ਕਰਾਉਣਗੇ, ਜੇ ਕਰਾਉਣਗੇ ਤਾਂ ਹੀ ਇਹਨੇ ਇੱਕਣੀ ਭੇਜ ਦੇਣਗੇ। ਨਹੀਂ, ਪਾਰਟੀ ਤਾਂ ਹੋਊ ਜੇ ਖੁੱਲ੍ਹੇ, ਮਤਲਬ ਜਗ੍ਹਾ ਜੇ ਖੁੱਲ੍ਹੀ ਜਗ੍ਹਾ ਹੋਊ। ਹਾਂ, ਜਗ੍ਹਾ ਤਾਂ ਹੈ ਹੀ ਨਹੀਂ ਜੀ।